ਇਹ ਵੀਰ ਨੂੰ ਪੁੱਛਦੇ ਵੀਰੇ ਆ ਘਰ ਆ ਜਿਹੜੇ ਘਰ ਆ ਨਿਕੇ ਨਿਕੇ ਇਹ ਕਿੰਨੇ ਦਾ ਇੱਕ ਕਿੰਨੇ ਉਹ 3 ਮਿਲੀਅਨ ਤੇ ਲੱਗ ਗਏ ਪ੍ਰਾਪਰਟੀ ਦਾ ਮੁੱਲ ਕਰ ਦਿੰਦਾ ਤਾਂ ਕੋਈ ਮੁੱਲ ਨਹੀਂ 1000 ਪਿੱਛੇ ਨੂੰ ਘੱਟ ਤੇ ਕੈਲਗਰੀ ਚ ਇਹਦੇ ਨਾਲ ਦਾ ਘਰ ਇਹ ਤੋਂ ਵੱਡਾ ਹੀ ਕਿੰਨੇ ਦਾ ਲੈ ਆਪਾਂ 4.5 1800 ਸਕੁਅਰ ਫੀਟ 4.10 ਦਾ ਇਹ ਘੱਟ ਲੱਗਣ ਦੇ ਮੈਨੂੰ ਤੇ ਬਾਈ ਜੀ ਹੁਣੀ ਕਹਿ ਰਹੇ ਆ ਮਿਲੀਅਨ ਚ ਆ ਕੰਮ ਇਹਨਾਂ ਦਾ ਘੱਟੋ ਘੱਟ ਬੇਸਮੈਂਟ ਰੈਂਟਲ ਪੇ 1500 ਵਨ ਬੈਡ ਹੋਰ ਕੀ ਭਾਈ ਤੇ ਜਿੰਨੇ ਵੈਂਕੂਵਰ ਆਉਣਾ ਉਹ ਸੋਚ ਲਿਓ ਇਹਦੇ ਨਾਲ ਐਬਰਸਫੋਰਡ ਤੇ ਸਰੀ ਸਸਤਾ ਥੋੜਾ ਹੈ ਨਾ ਐਬਰਸਫੋਰਡ ਸਰੀ ਸਸਤਾ ਐਬਰਸਫੋਰਡ ਜ਼ਿਆਦਾ ਸਸਤਾ ਉੱਥੇ ਤਾਂ ਹੀ ਕਾਫੀ ਪੰਜਾਬੀ ਕਾਫੀ ਇੰਡੀਅਨ ਕਮਿਊਨਿਟੀ ਹੈਗੀ ਆ ਉੱਥੇ ਆਪਣਾ ਪੜਿਆ ਵਿਚਾਰ ਕੇ ਜਿਹਨੇ ਵੈਂਕੂਵਰ ਆਉਣਾ ਜਾਂ ਤੇ ਨੋਟ ਲੈ ਕੇ ਆਇਓ ਇੱਥੇ ਚੰਗੇ ਤੱਕ 2015 ਚ 550 ਦੀ ਲਈ ਸੀ ਉਹ $1200 ਇੱਥੇ ਕਿ ਆਪਣੇ ਪਰ ਇਹਦੇ ਮੁਕਾਬਲੇ ਅਜੇ ਵੀ ਸਸਤਾ ਨਾ ਵੈਂਕੂਵਰ ਦੇ ਮੁਕਾਬਲੇ ਮੈਂ 2016 ਚ ਬੇਸਮੈਂਟ ਲਈ ਸੀ ਕਿ 1 ਬੈਡਰੂਮ ਦੀ ਅੱਛਾ 600 ਡਾਲਰ ਦੀ ਅੱਛਾ ਤੇ ਹੁਣ 1 ਬੈਡਰੂਮ ਆਲਮੋਸਟ ਸਰੀ ਚ 1000 ਤੇ 1000 ਦੀ ਦੇ ਦਿੰਦੇ ਆ 950 ਵੀ ਦੇ ਦਿੰਦਾ ਕੋਈ 900 ਦੀ ਵੀ ਪਰ 1000 ਰੇਟ ਨਹੀਂ ਆਡੇ ਵਾਲੀ ਮੈਂ ਚੜਾਈ ਆ 1000 ਦੀ 2 ਬੈਡਰੂਮ ਆ ਤੇ ਖੁੱਲੀ ਵੀ ਕਾਫੀ ਹੈ ਨਾ ਨਵੀਂ ਬਣੀ ਨਾਲ ਉਹ ਵੈਂਕੂਵਰ ਮੇਰੇ ਵੱਲ ਘੁੰਮਣ ਹੀ ਆਵੇ ਬੰਦਾ ਜੇ ਆਉਣਾ ਤੇ ਇੱਥੇ ਰਹੇ ਨਾ ਜੇ ਰਹਿਣ ਵਾਲਾ ਜਾਂ ਤੇ ਪੈਸੇ ਚੰਗੇ ਹੋਣ ਫੇਰ ਉਦਾਂ ਤੇ ਸੋਹਣਾ ਵਾ ਲੱਗ ਰਿਹਾ ਪਰ ਘੁੰਮਣ ਫਿਰਨ ਲਈ ਸੋਹਣਾ ਰਹਿਣ ਲਈ ਚੰਗਾ ਆ ਘੁੰਮਣ ਫਿਰਨ ਆ ਜਾ ਕਰ ਆ 4-5 ਮਹੀਨੇ ਦਾ ਬਾਬਾ ਨਹੀਂ ਚੇਂਜ ਹੁੰਦਾ ਰਹਾ ਸੋ ਕੈਲਗਰੀ ਰਹੋ ਦੀਦੀ ਘੁੰਮਣ ਫਿਰਨ ਦਾ ਨਾਓ ਜਾਂ ਐਬਰਸਫੋਰਡ ਵੀ ਸਹੀ ਹੈ ਉਹ ਵੀ ਸਹੀ ਐਬਰਸਫੋਰਡ ਤੇ ਜੀ ਆਪਣਾ ਚੰਡੀਗੜ੍ਹ ਮਾਲੀ ਲੱਗਦਾ ਪੂਰਾ ਉਹੀ ਹਿਸਾਬ ਆ ਉਹੋ ਜਿਹੇ ਬੰਦੇ ਆਵੇ ਨਾ ਉੱਥੇ ਕੋਈ ਘਾਹ ਕੱਟਦਾ ਤੇ ਨਾ ਇੱਥੇ ਕੋਈ ਘਾਹ ਕੱਟਦਾ ਹੈ ਪੂਰੀ ਮੇਨਟੇਨੈਂਸ ਇੰਨਾ ਕੁ ਫਰਕ ਹੈਗਾ ਜੀ ਲਿਵਿੰਗ ਐਕਸਪੈਂਸਿਸ ਚਾਹ ਚੀਜ਼ਾਂ ਸਾਰੀਆਂ ਐਡ ਹੋ ਜਾਂਦੀਆਂ ਇੱਥੇ ਇੰਸ਼ੋਰੈਂਸ ਦਾ ਬੈਨੀਫਿਟ ਹੁੰਦਾ ਹੈ ਯਹਾਂ ਪੇ ਦੇਖਾ ਜਾਏ ਨਹੀਂ ਉਹ ਕਿਹਾ ਤਾਂ ਪ੍ਰਾਈਵੇਟ ਕੰਪਨੀਜ਼ ਹੈ ਯਹਾਂ ਮੈਂ ਵੀ ਪ੍ਰਾਈਵੇਟ ਕੰਪਨੀ ਪਰ ICBC ਗਵਰਨਮੈਂਟ ਕੇ ਥਰੂ ਆਥੋਰਾਈਜ਼ਡ ਹੈ ਹਾਂ ਹੈਗੀ ਪ੍ਰਾਈਵੇਟ ਹੈ ਅੱਛਾ ਐਸਾ ਪਰ ਕੋਈ ਵੀ ਲਾਈਕ ਬੰਦਾ ਔਰ ਵਹੀ ਇੱਕ ਇੰਸ਼ੋਰੈਂਸ ਕੰਪਨੀ ਹੈ ਨਹੀਂ ਹੈਗੀ ਪ੍ਰਾਈਵੇਟ ਪਰ ਉਹ ਨਾ ਵਰਥ ਨਹੀਂ ਕਰਦੀਆਂ ਉਹ ਵਧੀਆ ICBC ਤਾਂ ਵੀ ਸੁਣਵਾਈ ਹੈਗੀ ਆ ਸਰਵਿਸ ਵੀ ਵਧੀਆ ਨਸ਼ਾ ਮਨ ਲਓ ਉਹੀ ਤੁਹਾਨੂੰ ਲਾਇਸੈਂਸ ਪ੍ਰੋਵਾਈਡ ਕਰਦੀ ਤੇ ਉੱਥੋਂ ਇੰਸ਼ੋਰੈਂਸ ਲਾਇਸੈਂਸ ਪ੍ਰੋਵਾਈਡ ਕਰਦੀ ਹੈ ਤੇ ਉੱਥੋਂ ਇੰਸ਼ੋਰੈਂਸ ਵੀ ਸਹੀ ਉਹ ਕੱਲ ਜਦੋਂ ਉਹਨਾਂ ਨੇ ਗਵਰਨਮੈਂਟ ਆਈਡੀ ਵੀ ਉਹ ਕੱਲ ਜਦ ਉਹਨੇ ਹਮੇ ਪੁੱਲ ਓਵਰ ਕੀਤਾ ਤਾਂ ਉਹਨੇ ਬੋਲਾ ਚੱਲ ਬਟਾ ਲਾਇਸੈਂਸ ਪ੍ਰੋਵਾਈਡ ਤਾਂ ਉਹਨਾਂ ਨੇ ਇੰਸ਼ੋਰੈਂਸ ਦੇਖੀ ਅਦਰਵਾਇਜ਼ ਮੇਸਾ ਨਾ ਇੰਸ਼ੋਰੈਂਸ ਲਾਇਸੈਂਸ ਤੇ ਹੀ ਹੋ ਸਕਦੀ ਹੈ ਚੈੱਕ ਕਰ ਸਕਦੇ ਹੋ ਰਾਈਟ ਨਹੀਂ ਵੈਂਡੇ ਵੈਂ ਇੰਸ਼ੋਰੈਂਸ ਕਰੀਵਾ ਮੈਨੂੰ ਕਹਿੰਦਾ ਯੂ ਆਰ ਵੈਰੀ ਵੈਲ ਬਹੁਤ ਅੱਛੇ ਤਰੀਕੇ ਸੇ ਡਰਾਈਵ ਕਰ ਰਹੇ ਥੇ ਕਹਿੰਦਾ ਸਾਡੇ ਵਾਲਿਆਂ ਨੂੰ ਤੇ ਅਗਲ ਨਹੀਂ ਹੈ ਕਹਿੰਦਾ ਤਾਈਓ ਮੈਂ ਰੋਕਿਆ ਤਾਈ ਕਹਿੰਦਾ ਤਾਈਓ ਮੈਂ ਰੋਕਿਆ ਐਡੀ ਵਧੀਆ ਗੱਡੀ ਤੇ ਕੋਈ ਚਲਾ ਨਹੀਂ ਸਕਦਾ ਤਾਂ ਮੈਨੂੰ ਸ਼ੱਕ ਹੋਇਆ ਘਰਾਂ ਦੀ ਹਾਲਤ ਵੈਂਕੂਵਰ ਦੇ ਵਿੱਚ ਕਹਿੰਦੇ ਬਹੁਤ ਮਹਿੰਗੀ ਆ ਛੋਟਾ ਜਿਹਾ ਘਰ ਆਪਾਂ ਦੇਖਿਆ 1200 ਸਕੁਅਰ ਫੀਟ ਉਹ ਵੀ ਸਾਲਾ 1.5-2 ਲੱਖ ਦਾ ਇਹ ਮੁੰਡਾ ਜੀ ਮੇਨ ਸਟਰੀਟ ਜਿਵੇਂ ਇੱਥੇ ਇੱਕ ਰੈਜ਼ੀਡੈਂਸ਼ੀਅਲ ਬਿਲਡਿੰਗ ਦੀ ਕੰਪਨੀ ਹੈਗੀ ਆ ਬਹੁਤ ਵੱਡੀ ਕੰਪਨੀ ਆ ਸਹੀ ਗੱਲ ਆ ਪੂਰੇ ਕੈਨੇਡਾ ਦੇ ਵਿੱਚ ਉਹਨਾਂ ਦੀ ਬਿਲਡਿੰਗ ਹੈਗੀ ਆ ਬੰਦਾ ਮੈਨੇਜਰ ਲੱਗਾ ਉੱਥੇ ਵੈਂਕੂਵਰ ਦੀ ਮਾਰਕੀਟ ਹਾਊਸ ਮਾਰਕੀਟ ਦਾ ਕੀ ਹਿਸਾਬ ਕਿਤਾਬ ਐਬਰਸਫੋਰਡ ਦਾ ਕਿੱਦਾਂ ਆਪਣੇ ਸਰੀ ਦਾ ਕਿੱਦਾਂ ਵੀ ਕਿਹਦਾ ਮਹਿੰਗਾ ਕਿਹੜਾ ਸਸਤਾ ਸਭ ਤੋਂ ਮਹਿੰਗਾ ਵੈਂਕੂਵਰ ਡਾਊਨਟਾਊਨ ਪੈਂਦਾ ਮਹਿੰਗਾ ਕਾਫੀ ਜਗ੍ਹਾ ਦੀ ਪਲੇਸ ਦੀ ਡਾਊਨ ਟਾਊਨ ਤੇ ਉਹ ਮੇਨ ਜਿਵੇਂ ਉਦਾਂ ਵੈਂਕੂਵਰ ਨਾਰਥ ਦੇ ਵਿੱਚ ਉਹ ਵੀ ਮਹਿੰਗਾ ਅਰੇ ਮਹਿੰਗਾ ਉਹ ਚ ਆਪਣੀ ਦੇਸੀ ਬਹੁਤ ਘਟਿਆ ਨਾਰਥ ਦੇ ਅੱਛਾ ਇੱਥੇ ਫਿਰ ਕਿਹੜੀ ਕਮਿਊਨਿਟੀ ਦਾ ਜ਼ਿਆਦਾ ਦਬਦਬਾ ਵੈਂਕੂਵਰ ਜੇ ਨਾਰਥ ਵੈਂਕੂਵਰ ਜ਼ਿਆਦਾ ਇਰਾਨ ਦੇ ਲੋਕ ਆ ਓਕੇ ਇਰਾਨ ਤੇ ਕੋਰੀ
ਤੇ ਫਸਟ ਨੇਸ਼ਨ ਵੀ ਕਾਫੀ ਹੈ ਤੇ ਕੈਨੇਡੀਅਨ ਨੈਸ਼ਨਲ ਦੇ ਕੈਨੇਡੀਅਨ ਹਾਂ ਵੈਸਟ ਵੈਨਕੂਵਰ ਸਭ ਤੋਂ ਮਹਿੰਗਾ ਏਰੀਆ ਆਇੰਦਾ ਵੈਨਕੂਵਰ ਨਾਲੋਂ ਵੀ ਅੱਛਾ ਉਹ ਮਤਲਬ ਕਿ ਪੋਰਸ਼ ਲੱਗਦਾ ਉਹ ਪੋਰਸ਼ ਲੱਗਾ ਉਹਦੇ ਵਿੱਚ ਤਾਂ ਜ਼ਿਆਦਾ ਮਤਲਬ ਮਿਲੀਅਨ 3 ਮਿਲੀਅਨ ਤੋਂ ਸਟਾਰਟਿੰਗ ਮਿਲ ਲੱਗਦਾ ਹੈ ਕਿੰਨੇ ਸਕੁਅਰ ਫੁੱਟ ਘਰ ਛੋਟੇ ਹੋਏ ਸਰੀ ਦਾ ਕੀ ਹਿਸਾਬ ਸਰੀ ਦਾ ਠੀਕ ਹੈ ਕੋਰਸ ਇੱਦਾਂ ਕਿ 5 ਕੋਰਸ ਇਕੱਠੇ ਪੈਕੇਜ 10,000 ਡਾਲਰ ਦਾ ਤੇ 8,000 ਡਾਲਰ ਦੇ 5,000 ਫੀਸ ਪੰਜ ਕੋਰਸ ਦੀ 8,000 ਡਾਲਰ ਉਹ ਫਿਰ ਉਹ ਵਧੀਆ 4 ਸਮੈਸਟਰ ਲਾਓ ਤੇ ਪੜ੍ਹਾਈ ਪੂਰੀ ਵਾਈਸ ਹਾਂ ਉੱਥੇ ਫਿਰ ਪੜ੍ਹਾਈ ਟਾਈਮ ਨਵਾਂ ਲੱਗ ਜਾਂਦਾ ਪਰ ਵਧੀਆ ਤਕਰੀਬਨ ਜਿਵੇਂ ਸਰੀ ਨਾਲੋਂ ਉੱਥੇ ਸਕਸੈਸ ਰੇਟ ਜ਼ਿਆਦਾ ਲੋਕ ਜਿਹੜੇ ਪਾਸ ਹੋ ਰਹੇ ਸਟੱਡੀ ਜਿਹੜਾ ਲੈਵਲ ਆ ਉਹ ਕਾਫੀ ਹਾਈ ਆ ਸਰੀ ਦੇ ਜਿੰਨੇ ਮੇਰੇ ਫਰੈਂਡ ਆ ਨੋਨ ਆ ਪਾਸ ਹੋਣ ਦਾ ਇੰਨਾ ਸਕਸੈਸ ਰੇਟ ਨਹੀਂ ਹੈਗਾ ਟੀਚਰ ਵੀ ਨਹੀਂ ਪਰ ਜਾਂ ਮਾਹੌਲ ਇੱਦਾਂ ਉੱਥੇ ਥੋੜ੍ਹਾ ਛੋਟਾ ਟਾਊਨ ਆ ਬੈਕਵਰਡ ਆ ਤਕਰੀਬਨ ਪੁਰਾਣੇ ਵੇਖੇ ਸਾਰੇ ਘਰ ਪੁਰਾਣੇ ਪੁਰਾਣੇ ਮਤਲਬ ਹਰ ਜਿਹੜੇ ਜਿਹੜੇ ਪੜ੍ਹਿਆ ਉੱਥੇ ਮੈਨੂੰ ਜਾਣਦਾ ਪਾਸ ਪੈ ਜਾਂਦਾ ਨੋਰਮਲ ਕੋਈ ਫੇਲ ਨਹੀਂ ਹੋ ਰਿਹਾ ਆਪਦੀ ਗਲਤੀ ਤੋਂ ਪੈਂਦਾ ਪਰ ਇੱਥੇ ਨੋਰਮਲ ਫੇਲ ਹੋ ਜਾਂਦੇ ਯਾਰ ਤਕਰੀਬਨ ਜਿੱਦਾਂ ਵੀ ਕੰਮ ਤੇ ਜਾਣਾ ਜ਼ਿਆਦਾ ਉੱਥੇ ਕੰਮ ਘੱਟ ਥੋੜ੍ਹਾ ਜਿਹਾ ਥੋੜੇ ਲੀਨੀਅਟ ਹੁੰਦੇ ਆ ਪੜ੍ਹਾਈ ਵੱਲੋਂ ਵੀ ਕਹਿ ਲਓ ਸਕੈਜੂਅਲ ਅਟੈਂਡੈਂਸ ਵਗੈਰਾ ਵੀ ਐਗਜ਼ਾਮ ਵੀ ਉਹਨਾਂ ਦੇ ਥੋੜੇ ਸੌਖੇ ਹੁੰਦੇ ਓਪਨ ਬੁੱਕ ਹੀ ਹੁੰਦੇ ਜ਼ਿਆਦਾਤਰ ਕਰਨ ਲਈ ਆ ਜੇ ਮਤਲਬ ਕਿ ਜੇ ਪਾਸ ਹੋਣ ਵਾਲਾ ਜਾਂ ਡਿਪਲੋਮੇ ਦਾ ਕਰਨਾ ਐਂਡ ਤੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਵੀ ਬੱਚੇ ਜੇ ਕੋਈ ਪੜ੍ਹਨ ਆਉਣਾ ਚਾਹੁੰਦਾ ਬੀ ਸੀ ਦੇ ਵਿੱਚ ਖਾਸ ਕਰਕੇ ਪੜ੍ਹਾਈ ਵੱਲੋਂ ਪੀ ਆਰ ਵੱਲੋਂ ਸਾਰੇ ਵੱਲੋਂ ਕਹਿੰਦੇ ਆ ਇੱਦਾਂ ਜੇ ਆਉਣਾ ਹੈ ਤੇ 6:30 ਬੈਂਡ ਲਓ ਠੀਕ ਹੈ ਲੰਗਾਰਾ ਜਾਂ ਡਗਲਸ ਕਾਲਜ ਜਾਓ 6:30 ਬੈਂਡ ਲੰਗਾਰਾ ਜਾਂ ਡਗਲਸ ਇਹ ਕਿੱਥੇ ਆ ਇੱਥੇ ਵੈਨਕੂਵਰ ਜੀ ਆ ਫਾਇਦਾ ਇਹ ਆ 6:30 ਬੈਂਡ ਲੈ ਕੇ ਆਓ ਤੇ ਫੀਸ ਰੀਫੰਡ ਹੋ ਸਕਦੀ ਆ ਹੋਰ ਕਾਲਜ ਫੀਸ ਰੀਫੰਡ ਨਹੀਂ ਕਰਦੇ ਤੇ ਤੁਹਾਡੇ ਪੈਸੇ ਮਰ ਜਾਂਦੇ ਹੋ ਨਹੀਂ ਫੀਸ ਰੀਫੰਡ ਕਰਾ ਕੇ ਚੇਂਜ ਕਰਾਉਣ ਲਈ ਕਾਲਜ ਹੋਰ ਲੈ ਲਓ ਕੈਂਬਰੀਅਨ ਲੈ ਲਓ ਸੇਂਟ ਲਾਰੈਂਸ ਲੈ ਲਓ ਤੇ ਸਾਲ 'ਚ ਪੜ੍ਹਾਈ ਪੂਰੀ ਵਰਕ ਪਰਮਿਟ 3 ਦਾ ਮਿਲ ਜੂਗਾ ਅੱਛਾ ਵਰਕ ਪਰਮਿਟ 3 ਸਾਲ ਦਾ ਮਿਲਦਾ ਸਾਲ ਦੀ ਪੜ੍ਹਾਈ 1 ਸਾਲ 2 ਮਹੀਨੇ ਦੀ 3 ਮਹੀਨੇ ਦੀ ਤੇ ਇੱਕ ਅੱਧਾ ਸਮੈਸਟਰ ਮਤਲਬ 3 ਸਮੈਸਟਰ ਕਿਹਦੇ ਘਰੋਂ ਬੈ ਕਰ ਲਓ ਇੱਥੇ ਕਰ ਲਓ ਮਤਲਬ ਅੱਧਾ ਜੋ ਹੁੰਦਾ ਉਹਨਾਂ ਕਾਲਜ ਜਾਓ ਡਗਲਸ ਫੀਸ ਰੀਫੰਡ ਕਰ ਦਿੰਦਾ ਤੇ ਇੱਕ ਲੰਗਾਰਾ ਕਰ ਦਿੰਦਾ ਹੋਰ ਇੱਕ ਕਲੰਬੀ ਕਾਲਜ ਜਿੱਥੇ ਮੈਂ ਉਹ ਰੀਫੰਡ ਨਹੀਂ ਕਰਦਾ 12,000 ਡਾਲਰ ਪਹਿਲਾਂ ਲੈਂਦੇ ਆ ਸਾਰਾ ਮਰ ਜਾਂਦਾ ਤੇ ਜੇ ਆਪਾਂ ਪੀ ਆਰ ਵੱਲੋਂ ਵੇਖੀਏ ਤੇ ਕਿਹੜੀ ਲੋਕੇਸ਼ਨ ਪੀ ਆਰ ਲਈ ਇੱਥੇ ਜਦੋਂ ਤੁਸੀਂ ਆਈਲੈਟਸ ਵਧੀਆ ਸਕੋਰ ਕਰਦੇ ਜੋ ਤੇ ਨਾਲ ਹੀ ਸ਼ਹਿਰ ਆ ਸਕੈਮਿਸ਼ ਵਿਸਲਰ 150-200 ਕਿਲੋਮੀਟਰ ਤੇ ਆ ਪਰ 10-10 ਪੁਆਇੰਟ ਮਿਲਦੇ ਮੇਰੇ ਪੀ ਆਰ ਦੇ ਲਈ ਪੀ ਐਨ ਪੀ 'ਚ ਐਕਸਟਰਾ ਪੁਆਇੰਟ ਮਿਲਦੇ 10-10 ਪੁਆਇੰਟ ਹੈ ਉਹ ਸੌਖੇ ਆ ਵਧੀਆ ਸਰੀ 'ਚ ਕੋਈ ਪੁਆਇੰਟ ਨਹੀਂ ਹੈਗਾ ਲੋਅਰ ਮੇਨਲੈਂਡ ਵੈਨਕੂਵਰ ਸਰੀ ਬੰਦੇ ਚਾਹੀਦੇ ਇੰਪਲੋਇਰ ਜਿਵੇਂ 5 ਇੰਪਲੋਇਰ ਹੈਗੇ ਆ ਤੇ ਉਹ ਸਪੋਰਟ ਕਰਦੇ ਆ ਪੀ ਆਰ ਦੇ ਲਈ ਰੂਰਲ ਕਾਫੀ ਪਿੱਛ ਬੈਕਵਰਡ ਏਰੀਆ ਤੇ ਉਹ ਡਿਫਰੈਂਟ ਪ੍ਰੋਗਰਾਮ ਆ ਪੀ ਐਨ ਪੀ ਵੀ ਨਹੀਂ ਆ ਕੁਝ ਵੀ ਨਹੀਂ ਆ ਨਾ ਐਕਸਪ੍ਰੈਸ ਉਹ ਸੈਪਰੇਟ ਪ੍ਰੋਗਰਾਮ ਆ ਤੇ ਆਪਣੇ ਵੈਬਸਾਈਟ ਤੇ ਜਾ ਕੇ ਪੀ ਸੀ ਦੀ ਵੈਬਸਾਈਟ ਤੇ ਕਿਸ ਤਰ੍ਹਾਂ ਵਰਨਰ ਬੀ ਸੀ ਦਾ ਕੋਈ ਪਾਇਲਟ ਪ੍ਰੋਗਰਾਮ ਵਰਨਰ ਬੀ ਸੀ ਉਹ ਤੇ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਊਗੀ ਇਹ ਸਾਰੇ ਵੇਖੋ ਵੀਰ ਨੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਤੇ ਜਿਹੜਾ ਤੁਹਾਨੂੰ ਆਉਣਾ ਚਾਹੁੰਦਾ ਪੀ ਸੀ ਦੇ ਵਿੱਚ ਤੇ ਉਸ ਦੇ ਅਕੋਰਡਿੰਗਲੀ ਤੁਸੀਂ ਸੋਚ ਵਿਚਾਰ ਕਰਕੇ ਆ ਸਕਦੇ ਹੋ ਤੇ ਵੈਨਕੂਵਰ ਦੇ ਵਿੱਚ ਜਿਹੜੇ 2 ਕਾਲਜ ਹੈਗੇ ਆ ਉੱਥੇ ਆਓ ਤੇ ਪੀ ਆਰ ਦੇ ਪੁਆਇੰਟਸ ਵਾਈਸ ਤੁਸੀਂ ਲੋਕੇਸ਼ਨ ਦੇ ਉੱਤੇ ਡਿਪੈਂਡ ਕਰਦਾ ਕਿੰਨੇ ਪੁਆਇੰਟ ਜ਼ਿਆਦਾ ਮਿਲਦੇ ਪੀ ਆਰ ਦੇ ਇੰਨੀ ਬੈਕਵਰਡ ਹੋਊਗੀ ਲੋਕੇਸ਼ਨ ਇੱਕ ਹਿਸਾਬ ਦੀ ਕਹਿ ਲਓ
ਉੱਥੇ ਜ਼ਿਆਦਾ ਪੁਆਇੰਟ ਦੇਣਗੇ ਹੈ ਨਾ। ਇੱਕ ਵਾਰੀ ਪੀ ਆਰ ਹੋ ਗਏ ਬੰਦਾ ਫਿਰ ਜਿੱਥੇ ਮਰਜ਼ੀ ਜਾਵੇ ਨਜ਼ਾਰੇ ਲਵੇ। ਇਹ ਸੀ ਜੀ ਆਪਣੇ ਕੰਵਰਪਾਲ ਸਿੰਘ ਜੀ ਭੁੱਲਰ, ਇਹ ਹੈਗੇ ਆਪਣੇ ਮਾਝੇ ਦੀ ਸ਼ਾਨ ਪਿੰਡ ਡਿੱਬੀਪੁਰਾ, ਡਿੱਬੀਪੁਰਾ ਪਿੰਡ ਤੋਂ। ਅਤੇ ਬਹੁਤ ਬਹੁਤ ਧੰਨਵਾਦ ਜੀ, ਮਤਲਬ ਸਾਰਿਆਂ ਨੂੰ ਹੈਲਪ ਕਰਨ ਲਈ। ਆਪਣੀ ਹਾਂ ਐਪਰਸੋਡ ਆਇਆ ਮਿੱਤਰ ਨੂੰ ਦੱਸ ਦਿਓ ਕੋਈ, ਬਹੁਤ ਵਧੀਆ। ਅਸੀਂ ਵੀ ਇਹਦੇ ਕੋਲ ਰਹੇ ਹਾਂ, ਹੁਣ ਪੀ ਸੀ ਘੁੰਮਣ ਆਏ ਹਾਂ, ਇਹਦੇ ਕੋਲ ਹੀ ਰਹਿ ਰਹੇ ਹਾਂ। ਇਹ ਵੀਡੀਓ ਵੇਖ ਕੇ ਤਾਂ ਚੰਗੀ ਲੱਗੀ ਤਾਂ ਲਾਈਕ ਕਰਿਓ, ਕਮੈਂਟ ਜ਼ਰੂਰ ਕਰਿਓ, ਤੁਹਾਡੇ ਜਿਹੜੇ ਕੁਸ਼ਚਨ ਹੈਗੇ ਆ ਤਾਂ ਕੋਸ਼ਿਸ਼ ਕਰਾਂਗੇ ਰਿਪਲਾਈ ਕਰਨ ਦੀ। ਅਤੇ ਉਦੋਂ ਤੱਕ ਯਾਦ ਰੱਖਿਓ ਇੱਕ ਗੱਲ, ਫਸਟ ਰਾਈਜ਼ ਸ਼ਾਈਨ ਬੇਬੀ।